ਅੱਗੇ ਬੰਦਾ ਖਲੋਤਾ ਸੀ। ਉਹ ਮੈਂ ਕਿਹਾ ਬਾਈ ਜੀ ਕੁੰਡੀ ਤਾਂ ਲਾ ਲਓ, ਮੈਨੂੰ ਆਂਦਾ ਮੈਂ ਕੁੰਡੀ ਲਾ ਲਵਾਂ ਮਹਿੰਦਰ ਮਹੀਨਾ। ਮੈਨੂੰ ਖੁਸ਼ੀਆਂ ਚਾਹੀਦੀਆਂ ਨੇ, ਪਾਰਟੀਆਂ ਕਰੋ। ਰਾਤੀ ਤੇ ਹਲੇ ਪਾਰਟੀ ਮੁੱਕੀ। ਓਏ ਉਹ ਅੱਬਾ ਮਰਨ ਦੀ ਪਾਰਟੀ ਸੀ, ਅੱਜ ਵਲੀਮਾ। ਬਸ ਕਰ ਦੇ ਤੋਬਾ ਕਰ, ਤੇਰੇ ਵਰਗੀਆਂ ਕੁੜੀਆਂ ਪੀਸੀਓ ਤੇ ਹੁੰਦੀਆਂ ਨੇ, ਕੋਈ ਮੁੰਡਾ ਕੁੜੀ ਨਾਲ ਗੱਲ ਕਰਨ ਨਹੀਂ ਕੋਲ ਖਲੋ ਕੇ ਕਹਿਣ ਦੀਆਂ ਹੁੰਦੀਆਂ ਨੇ। ਮਾਦੀ ਤੇ ਠੀਕ ਨਹੀਂ ਤੇ 5 ਵਜੇ ਤੱਕ ਮੈਂ ਇੱਥੇ ਹੀ ਆ। ਉਹ ਮੇਰੀ ਨਜ਼ੀਰ ਦਾ ਮਸਲਾ ਸੀ, ਮੈਂ ਨਜ਼ੀਰ ਟੈਸਟ ਕਰਾਉਣੀ ਸੀ। ਉਹ ਮੈਨੂੰ ਲੱਗ ਗਿਆ ਆਈ ਸ਼ਮੈਸ਼ਰ, ਉਹ ਵੀ ਬੜਾ ਖਚਰਾ। ਮੈਨੂੰ ਆਂਦਾ ਤੇਰਾ ਟੈਸਟ ਹੋਵੇਗਾ, ਮੈਂ ਕਿਹਾ ਨਹੀਂ ਪਹਿਲੇ ਵਨ ਡੇ ਹੋਵੇਗਾ। ਪਾਕਿਸਤਾਨੀ ਪੁਲਿਸ ਦਾ ਮੈਂ ਗੁੱਸਾ ਹੀ ਨਹੀਂ ਕਰਦਾ। ਓਕੇ ਬੇਟਾ, ਇਹ ਤੇ ਕੁੜੀ ਨੂੰ ਸਿਆਲਕੋਟ ਫੜਦੇ ਮੁੰਡੇ ਨੂੰ ਲਾਹੌਰੋਂ ਕਹਿੰਦੇ ਇਕੱਠੇ ਕੋ ਬੈਠੇ ਹੈ। ਆਪ ਜੀ ਪਹਿਲੇ ਆਇਆ ਪੀਟੀਵੀ 2, ਹੁਣ ਆਇਆ ਸਟਾਰ ਪਲੱਸ, ਹੁਣ ਤੋਂ ਆਏਗਾ ਤੈਨੂੰ MM2 ਹਵਾ। ਮਹੱਲਾ ਠੀਕ ਨਹੀਂ ਗਾ ਤੇ ਕੋਈ ਗੱਲ, ਮੇਰੀ ਧੀ ਕਿਹੜੀ ਠੀਕ ਹੈ। ਇਹ ਕਰੋੜਪਤੀ ਲੋਕ ਨੇ, ਗੱਲ ਸੁਣ, ਅਯਾਸ਼ੀ ਕਰਦੇ ਨੇ ਤੇ ਕਿਸੇ ਦੇ ਸਾਹਮਣੇ ਨਾ ਆਵੀਂ। ਅਯਾਸ਼ੀ ਕੀ ਹੁੰਦਾ ਹੈ? ਓਏ ਤੈਨੂੰ ਨਹੀਂ ਪਤਾ ਇਸ ਗੱਲ ਦਾ? ਮੈਨੂੰ ਨਹੀਂ ਪਤਾ, ਮੈਂ ਵੀ ਕਰਨੀ ਹੈ। ਅਲਗਰ ਕੇ ਜਹਾਜ਼ 94 ਤੇ ਲਾਇਆ, ਉੱਠ ਕੇ ਪਾਇਲਟ ਲੈ ਲੱਗ ਪਿਆ, ਕਹਿੰਦਾ ਅੱਗੇ 2 ਘੰਟੇ ਲੇਟ ਹੋ, ਤੂੰ ਸੜਕੋ ਸੜਕੀ ਕਰ ਲਿਆ। ਸਮਾਰਟ ਹੋਣਾ ਚਾਹੁੰਦੇ ਹੋ? ਰਾਓ ਵਾਲੀ ਮਸ਼ੀਨ ਚ ਵੜ ਜਾਓ। ਨਹੀਂ ਨਹੀਂ, ਪਹਿਲੇ ਮੈਂ ਵੀ ਬੜਾ ਮੋਟਾ ਸਾਂ, ਮੈਨੂੰ ਇੱਕ ਬੰਦੇ ਨੇ ਲੱਤੂ ਫੜ ਕੇ ਤੇ ਰੋ ਵਾਲੀ ਮਸ਼ੀਨ ਵੀ ਦੇ ਦਿੱਤਾ। ਉਹ ਤੇ ਸ਼ੁਕਰ ਹੈ ਮੇਰਾ ਹਾਸਾ ਨਿਕਲ ਗਿਆ, ਨਹੀਂ ਤੇ ਦੂਏ ਪਾਸੇ ਦੂਰ ਕਰਕੇ ਫੇਰ ਦੇਣ ਲੱਗ। ਸਿਆਣਿਆਂ ਦੀ ਗੱਲ ਤੇ ਬਹੁਤਾ ਵੀ ਅਮਲ ਨਹੀਂ ਕਰਨਾ। ਕਿਉਂ? ਸਿਆਣੇ ਕਹਿੰਦੇ ਨੇ ਕਿ ਊਂਟ ਤੇ ਬੈਠੇ ਹੋ ਤੇ ਕੁੱਤਾ ਨਹੀਂ ਪੈਂਦਾ। ਹਾਂ, ਮੈਨੂੰ ਪੈ ਗਿਆ ਸੀ। ਉਹ ਕਿਉਂ? ਊਂਟ ਬੈਠਾ ਸੀ।